ਕ੍ਰਿਮੀਨਲ ਹਾਰਮਨੀ ਹੈ। ਸਭ ਤੋਂ ਵੱਧ ਪੀਸ ਪੰਜਾਬ ਦੇ ਵਿੱਚ ਹੈ, ਚਾਹੇ ਉਹਦੇ ਵਾਸਤੇ ਸਾਨੂੰ 25 ਸਾਲ ਪੰਜਾਬੀਆਂ ਨੂੰ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਕੁਰਬਾਨੀਆਂ ਦੇਣੀਆਂ ਪੈਂਦੀਆਂ। ਇਹ ਸ਼ਾਂਤੀ ਹਰ ਹੀਲੇ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਇੱਕ ਨੈਤਿਕ ਡਿਊਟੀ ਅਤੇ ਜ਼ਿੰਮੇਵਾਰੀ ਬਣਦੀ ਹੈ। ਬੜਾ ਦੁੱਖ ਅਤੇ ਦੁਖਾਂਤ ਇਸ ਗੱਲ ਦਾ ਜਿਹੜਾ ਇਹ ਬੰਬ ਧਮਾਕਾ ਹੋਇਆ ਜਿਹਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ। ਮੈਂ ਜਿਹੜੇ ਸਿਵਲ ਹੋਸਪਿਟਲ ਸੀਗੇ ਉਹਨਾਂ ਦਾ ਪਤਾ ਲੈਣ ਵਾਸਤੇ, ਐਂਡ ਇਹ ਅੰਦਰ ਤੁਸੀਂ ਵੀ ਦੇਖਿਆ ਇਹ ਕੁੜੀ ਜਿਹੜੀ ਜ਼ਖਮੀ ਆ ਇਹ ਫੋਟੋ ਸਟੇਟ ਮਸ਼ੀਨ ਚਲਾਉਂਦੀ ਆ। ਫੋਟੋ ਸਟੇਟ ਮਸ਼ੀਨ ਚਕਨਾਚੂਰ ਹੋ ਗਈ, ਕੁੜੀ ਬਚ ਗਈ। ਐਂਡ ਮੈਂ ਐਡਮਿਨਿਸਟ੍ਰੇਸ਼ਨ ਨੂੰ ਇਹ ਅਪੀਲ ਜ਼ਰੂਰ ਕਰੂੰਗਾ ਤੁਹਾਡੇ ਜ਼ਰੀਏ ਵੀ ਅਤੇ ਪਰਸਨਲੀ ਟੈਲੀਫੋਨ ਦੇ ਉੱਤੇ ਵੀ, ਕਿ ਜਿਹੜਾ ਕਿਸੇ ਮਿਹਨਤ ਕਸ਼ ਦਾ, ਕਿਸੇ ਦਾ ਲੈਪਟੋਪ ਟੁੱਟ ਗਿਆ, ਕਿਸੇ ਦਾ ਫੋਟੋ ਸਟੇਟ ਮਸ਼ੀਨ ਟੁੱਟ ਗਈ, ਕਿਸੇ ਦਾ ਕੋਈ ਅੱਡਾ ਟੁੱਟ ਗਿਆ, ਸੋ ਇਹ ਸਾਰੀ ਭਰਪਾਈ ਤਾਂ ਜੋ ਇਹ ਆਪਣੇ ਪੈਰਾਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਫਾਈ ਕਾਮਿਆਂ ਦੀ ਪੰਜਾਬ ਸਰਕਾਰ ਨੇ ਮੂਹਰੇ ਹੋ ਕੇ ਬਾਂਹ ਫੜੀ ਹੈ, ਜਿਸ ਦੇ ਤਹਿਤ ਸਫਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਦਾ ਮੰਤਵ ਹੈ ਕਿ ਜਲਦ ਹੀ ਇਸ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਜਾਏ, ਜਿਸ ਦੇ ਤਹਿਤ ਜਿਹੜੇ ਕਰਮਚਾਰੀ ਕੰਟਰੈਕਟ ਬੇਸਿਸ ਦੇ ਉੱਪਰ ਕੰਮ ਕਰ ਰਹੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਏਗਾ, ਜਦਕਿ ਜੋ ਆਊਟਸੋਰਸ ਤੋਂ ਨੇ ਉਹਨਾਂ ਨੂੰ ਕੰਟਰੈਕਟ ਤੇ ਲਿਆਂਦਾ ਜਾਏਗਾ। ਇਸ ਫੈਸਲੇ ਦੇ ਨਾਲ 4,587 ਕਰਮਚਾਰੀਆਂ ਨੂੰ ਲਾਭ ਹੋਏਗਾ। ਸਫਾਈ ਸੇਵਕ ਤੇ ਸੀਵਰਮੈਨ ਤੇ ਕੰਟਰੈਕਟ ਤੇ ਲੱਗੇ ਨਗਰ ਨਿਗਮਾਂ ਤੇ ਮਿਊਂਸੀਪਲ ਕਮੇਟੀਆਂ ਦੇ ਕਰਮਚਾਰੀ, ਉਹਨਾਂ ਨੂੰ ਸਰਕਾਰ ਨੇ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। ਜਿਹੜੇ ਕੰਟਰੈਕਟ ਬੇਸ ਤੇ ਲੱਗੇ ਹੋਏ ਆ ਉਹਨਾਂ 'ਚ 10 ਸਾਲ ਵਾਲੀ ਸ਼ਰਤ ਨਹੀਂ ਹੋਏਗੀ। ਸਫਾਈ ਕਰਮਚਾਰੀ, ਸੀਵਰਮੈਨ, ਟਰੈਕਟਰਾਂ ਦੇ ਲੱਗੇ ਡਰਾਈਵਰ ਜਿਹੜੇ ਕੂੜਾ ਢੋਂਦੇ ਆ ਜਾਂ ਗੱਡੀਆਂ ਦੇ ਉੱਪਰ ਜਿਹੜੇ ਕੂੜਾ ਢੋਂਦੇ ਆ ਉਹਨਾਂ ਨੂੰ ਪੱਕਾ ਕਰਨ ਦਾ ਫੈਸਲਾ ਸਰਕਾਰ ਨੇ ਕਰ ਲਿਆ। ਇਸ ਫੈਸਲੇ ਦੇ ਬਾਅਦ ਸੂਬੇ ਭਰ ਦੇ ਸਫਾਈ ਕਾਮਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੁੱਖ ਮੰਤਰੀ ਜੀ ਨੇ ਸਾਨੂੰ ਪੱਕੇ ਕੀਤਾ, ਅਸੀਂ ਬੜੇ ਹੀ ਧੰਨਵਾਦੀ ਹਾਂ ਉਹਨਾਂ ਦੇ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ, ਸੋ ਇਹ ਸਾਰੀ ਭਰਪਾਈ ਤਾਂ ਜੋ ਇਹ ਆਪਣੇ ਪੈਰਾਂ ਸਿਰ ਆਪਣਾ ਪਰਿਵਾਰ ਚਲਾਉਣ ਲਈ ਦੁਬਾਰਾ ਤੋਂ ਸਮਰੱਥ ਹੋ ਸਕਣ। ਮੈਂ ਫਿਰ ਇਹ ਕਹੂੰਗਾ ਕਿ ਅੱਜ ਵਿਜੀਲੈਂਟ ਹੋਣ ਦੀ ਜ਼ਰੂਰਤ ਆ, ਵੋਟਾਂ ਸਿਰ 'ਤੇ ਆ। ਅੱਜ ਵੋਟਾਂ ਦੇ ਵਪਾਰੀ ਤਰ੍ਹਾਂ ਤਰ੍ਹਾਂ ਦੀ ਤਾਕ ਦੇ ਵਿੱਚ ਆ ਵੀ ਅਸੀਂ ਲੋਕਾਂ ਦੇ ਅੰਦਰ ਟੈਰਰ, ਦਹਿਸ਼ਤ, ਇੱਕ ਮਾਹੌਲ ਇੱਦਾਂ ਦਾ ਬਣਾ ਕੇ ਇੱਕ ਸਪੈਸ਼ਲ ਵਰਗ ਨੂੰ ਆਪਣੇ ਹੱਕ ਦੇ ਵਿੱਚ ਪ੍ਰੇਰਿਤ ਕਰ ਲਈਏ। ਪਰ ਪੰਜਾਬੀ ਜਿਹੜੇ ਨਿਡਰ ਹੈਗੇ ਆ, ਜਿਨ੍ਹਾਂ ਨੇ ਹਮੇਸ਼ਾ ਨਿਡਰਤਾ ਦੇ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਹਰ ਹੀਲੇ ਕਾਇਮ ਰੱਖਿਆ, ਇਹ ਕਿਸੇ ਵੀ ਏਜੰਸੀ ਦੀ ਚਾਲ ਸਫਲ ਨਹੀਂ ਹੋਣ ਦੇਣੀ। ਬਹਿਨ ਸਾਹਿਬ, ਜਿਸ ਤਰੀਕੇ ਨਾਲ ਹੁਣ ਇਲੈਕਸ਼ਨ ਬਿਲਕੁਲ ਨੇੜੇ ਆ ਔਰ ਲਗਾਤਾਰ ਪਿੱਛੇ ਕੁਛ ਦਿਨਾਂ ਦੇ ਵਿੱਚ ਚਾਹੇ ਉਹ ਬੇਅਦਬੀਆਂ ਹੋ ਰਹੀਆਂ, ਹੁਣ ਬਲਾਸਟ ਹੋ ਰਿਹਾ, ਇੱਕ ਸਿੱਧੇ ਤੌਰ ਦੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਕੀ ਕਹਿਣਾ ਚਾਹੋਗੇ? ਪਹਿਲਾਂ ਕਹਿ ਕੇ ਹਟਿਆ ਕਿ ਪੰਜਾਬੀ ਬੜੇ ਸੂਝਵਾਨ ਆ, ਨਿਡਰ ਹੈਗੇ ਆ। ਪੰਜਾਬੀ ਭਲੀ ਭਾਂਤ ਜਾਣਦੇ ਆ ਕਿ ਜਿਹੜੇ ਵੋਟਾਂ ਦੇ ਵਪਾਰੀ ਆ ਉਹ ਲੋਕਾਂ ਨੂੰ ਵਰਗਾਂ ਦੇ ਵਿੱਚ ਵੰਡ ਕੇ ਆਪਣਾ ਉੱਲੂ ਸਿੱਧਾ ਆਪਣੀ ਸੱਤਾ ਵਾਸਤੇ, ਪਰ ਪੰਜਾਬ ਦੇ ਲੋਕ ਕਦੇ ਵੀ ਕਿਸੇ ਵੀ, ਚਾਹੇ ਉਹ ਏਜੰਸੀ ਆ ਅਤੇ ਚਾਹੇ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਏਜੰਸੀ ਜਾਂ ਗਵਰਨਮੈਂਟ ਹੈਗੀ ਆ, ਪੰਜਾਬੀ ਕਦੇ ਕਿਸੇ ਦੇ ਬਹਿਕਾਵੇ 'ਚ ਨਹੀਂ ਆਉਣਗੇ। ਸਾਡਾ ਨਹੁੰ ਅਤੇ ਮਾਸ ਦਾ ਰਿਸ਼ਤਾ ਹੈਗਾ ਪੰਜਾਬੀਆਂ ਦਾ, ਚਾਹੇ ਉਹ ਹਿੰਦੂ ਆ, ਮੁਸਲਿਮ ਆ, ਸਿੱਖ ਆ, ਇਸਾਈ ਆ, ਇਹ ਸਾਡਾ ਨਹੁੰ ਅਤੇ ਮਾਸ ਦਾ ਰਿਸ਼ਤਾ ਕਿਸੇ ਵੀ ਕੀਮਤ 'ਤੇ ਨਹੀਂ ਤੋੜਿਆ। ਮੈਂ ਸਰ ਸਾਬਕਾ ਮੁਲਾਜ਼ਮ ਸੀਗਾ, ਨਸ਼ਿਆਂ ਦੇ ਨਾਲ ਜੋੜਿਆ ਜਾ ਰਿਹਾ, ਇਸ ਮਾਮਲੇ ਨੂੰ ਵੀ ਨਸ਼ਿਆਂ ਨਾਲ ਜੋੜਿਆ ਜਾ ਰਿਹਾ ਕਿ ਨਸ਼ਾ ਨੈਟਵਰਕ ਸੀਗਾ ਵੱਡਾ? ਮੈਂ ਵੀ ਇੱਕ DGP ਦਾ ਬਾਈਟ ਸੁਣ ਰਿਹਾ ਸੀ, ਪ੍ਰੈਸ ਨੂੰ ਸੰਬੋਧਨ ਕਰ ਰਹੇ ਸੀ, ਬਟ ਕਲੀਅਰ ਨਹੀਂ ਹਜੇ ਕੀਤਾ ਉਹਨਾਂ ਨੇ ਇਸ ਗੱਲ ਉੱਤੇ। ਹੁਣ ਇਹ ਨਹੀਂ ਪਤਾ ਵੀ ਐਡਾ ਵੱਡਾ ਉਹ ਧਮਾਕਾ ਕੇ ਸਮੱਗਰੀ ਲੈ ਕੇ ਜਿੱਥੇ ਬੜਾ ਚੌਕਸੀ ਦਾ ਮਾਹੌਲ ਹੁੰਦਾ ਕੋਰਟ ਕੰਪਲੈਕਸ ਦੇ ਅੰਦਰ, ਉਹ ਪਹੁੰਚਿਆ ਕਿਵੇਂ ਆ? ਐਨੀ ਹੋਏ ਨੂੰ ਛੱਡ ਦਈਏ, ਇਸ ਦੁਖਾਂਤ ਤੋਂ ਇੱਕ ਸੀਖ ਲੈਣ ਦੀ ਜ਼ਰੂਰਤ ਆ, ਇੱਕ ਸਿੱਖਣ ਦੀ ਜ਼ਰੂਰਤ ਆ ਸਾਨੂੰ ਕਿ ਭਵਿੱਖ ਦੇ ਵਿੱਚ ਜਿੱਥੇ ਕੋਈ ਵੱਡੀ ਪੱਧਰ ਦੇ ਉੱਤੇ ਪਬਲਿਕ ਦਾ ਜੜਾਵ ਹੈਗਾ ਉੱਥੇ ਸਾਡੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਉਹ ਕਿਸ ਤਰੀਕੇ ਦੇ ਨਾਲ ਚੌਕਸ ਰਹਿ ਕੇ ਇੱਦਾਂ ਦੇ ਘਣਾਉਣੇ ਮਨਸੂਬੇ ਘੜਨ ਵਾਲੇ ਲੋਕਾਂ ਨੂੰ ਦਰਕਿਨਾਰ ਕਰ ਸਕਣ। ਅੱਜ ਫੋਕਸ ਸਾਨੂੰ ਇਸ ਗੱਲ 'ਤੇ ਕਰਨ ਦੀ ਜ਼ਰੂਰਤ। DGP ਸਾਹਿਬ ਨੇ ਵੀ ਇਹੀ ਕਿਹਾ ਕਿ ਨੌਜਵਾਨ ਜਿਹੜਾ ਭਟਕ ਗਿਆ ਵਾ ਵਾਪਸ ਆ ਜਾਵੇ, ਗਲਤ ਹੱਥਾਂ ਦੇ ਵਿੱਚ ਚੜ ਗਿਆ ਵਾ ਨੌਜਵਾਨ, ਪੰਜਾਬ ਦਾ ਜਿਹੜਾ ਨੌਜਵਾਨ ਆ। ਨਹੀਂ ਦੇਖੋ, ਮੈਂ ਇਸ ਤਰਕ ਦੇ ਨਾਲ ਤਾਂ ਨਹੀਂ ਸਹਿਮਤ ਹੈਗਾ, ਪੰਜਾਬ ਦਾ ਨੌਜਵਾਨ ਨਹੀਂ ਭਟਕਿਆ। ਹਾਂ, ਕੋਈ ਇੱਕ ਅੱਧਾ ਆਪਾਂ ਇਹ ਕਹਿ ਲਈਏ ਕਣਕ 'ਚ ਕਾਂਗਿਆਰੀ ਕਦੇ ਸਮਾਪਤ ਨਹੀਂ ਹੁੰਦੀ,
एक अद्धे नौजवान वालों की हुई बेहूदा हरकत कारण तुसी सारे पंजाबी नौजवानों ने क्यू दे विच खड़ा कर दे, ये अन्याय है। तो इस करके सब तो पहला तो सानू सारिया नू विजिलेंट होने की बड़ी जरूरत है कि असी अपना ये वोटा तक खास तौर पर जिदा गुरु ग्रंथ साहब का अपमान, किसी होर धार्मिक देवी देवते का, किसी धार्मिक ग्रंथ का अपमान, तो जिहड़े गैर समाजी अंसर है उन्होंने वॉच करना पुलिस के नाल नाल साड़ी पंजाब दे वासियां दी भी बड़ी वड्डी इस वेले जरूरत हैगी, क्योंकि असी बॉर्डर स्टेट ते रहने आ। बॉर्डर स्टेट पंजाब नू डिस्टर्ब करन वास्ते गुआंढी विरोधी मुल्कां ने, दुश्मन मुल्कां ने हमेशा कुझियां चालां चलियां ते चलदे रहणगे, पर पंजाब दे लोक सूरवीर निडरता दे नाल नाल बड़े सूझवान ते सियाणे आ। असी कदे भी अपनी कम्यूनल हारमनी जिहड़ी आ साडा आपसी भाईचारा ਉਹਨੂੰ ਹੋਰ ਮਜ਼ਬੂਤ ਕਰਾਂਗੇ, ਟੁੱਟਣ ਨਹੀਂ ਦੇਵਾਂਗੇ। ਬੈਂਸ ਸਾਹਿਬ ਇੱਕ ਇੱਕ ਕਲੀਅਰ ਹੋ ਗਿਆ ਵੀ ਦੋ ਦਿਨਾਂ ਦੇ ਵਿੱਚ ਸਾਬਕਾ ਮੁਲਾਜ਼ਮ ਸੀਗਾ ਜਿਹਨੇ ਸਾਰਾ ਕੁਝ ਕੀਤਾ ਪਲਾਂਟ ਜਾਂ ਜੋ ਵੀ ਉਹਦਾ ਰਿਲੇਸ਼ਨ ਸੀ, ਲੇਕਿਨ ਜਿਸ ਦਿਨ ਪਹਿਲੇ ਦਿਨ ਬਲਾਸਟ ਹੋਇਆ ਉਸ ਦਿਨ ਹਰੀਸ਼ ਰਾਏ ਢਾਂਡੇ ਨੇ ਉੱਥੇ ਕੋਰਟ 'ਚ ਖੜ ਕੇ ਕਹਿ ਦਿੱਤਾ ਕਿ ਮੈਂ ਟਾਰਗੇਟ ਸੀ, ਵੀ ਮੈਂ ਰੇਪ ਕੇਸ ਦਾ ਮਾਮਲਾ ਕਰਕੇ ਮੈਂ ਇੱਥੇ ਕਰਵਾਇਆ ਗਿਆ ਸੀ। ਉਹ ਬੰਦਾ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕਿਆ ਹੋਇਆ। ਦਿਮਾਗੀ ਸੰਤੁਲਨ ਉਹਦੀ ਪਹਿਲੀ ਉਦਾਹਰਨ ਹੈਗੀ ਹੈ ਟੀਚਰ ਪਰਮਜੀਤ ਕੌਰ, ਤੁਹਾਨੂੰ ਸਾਰਾ ਦੱਸ ਕੇ ਗਈ ਵੀ ਮੈਨੂੰ ਬੈਂਸ ਦੇ ਵਿਰੁੱਧ ਕਾਲਪਨਿਕ ਨਾਮ, ਮੇਰਾ ਆਪਣਾ ਨਾਮ ਨਹੀਂ ਬਾਅਦ ਦੇ ਵਿੱਚ ਉਹਦਾ ਨਾਮ, ਤਾਂ ਹੀ ਉਹ ਬੈਕਫੁੱਟ 'ਤੇ ਗਈ, ਉਹ ਦੱਸ ਕੇ ਗਈ ਅਸਲੀਅਤ। ਫਿਰ ਹੁਣ ਤੁਸੀਂ ਐਡਾ ਵੱਡਾ ਕਾਂਡ ਹੋ ਜਾਵੇ ਅਤੇ ਤੁਸੀਂ ਇੱਦਾਂ ਦੀ ਸਟੇਟਮੈਂਟ ਦੇ ਦਿਓ, ਮਾਨਸਿਕ ਸੰਤੁਲਨ ਗੁਆ ਚੁੱਕੇ ਆ। ਉਹਨਾਂ ਦੇ ਪਰਿਵਾਰ ਨੂੰ ਅਪੀਲ ਕਰਦਾ ਵੀ ਕਿਸੇ ਚੰਗੇ ਸਾਈਕੈਟ੍ਰਿਸਟ ਕੋਲ ਲੈ ਕੇ ਜਾਓ, ਕਿਸੇ ਚੰਗੇ ਦਿਮਾਗੀ ਪਰੇਸ਼ਾਨੀਆਂ ਦੂਰ ਕਰਨ ਵਾਲੇ ਡਾਕਟਰ ਕੋਲ ਇਲਾਜ ਕਰਾਉਣ। ਬੈਂਸ ਸਾਹਿਬ ਅਲਰਟ ਤੋਂ ਬਾਅਦ ਐਡਾ ਵੱਡਾ ਹਾਦਸਾ ਹੋਣਾ, ਤੁਹਾਨੂੰ ਲੱਗਦਾ ਕਿ ਚੁਣਾਵ ਨੇੜੇ ਨੇ ਬਾਹਰਲੀ ਏਜੰਸੀ ਜਿਹੜੀਆਂ ਉੱਥੇ ਲਗਾ ਦੇਣੀਆਂ ਚਾਹੀਦੀਆਂ ਫੋਰਸ ਜਿਹੜੀਆਂ? ਦੇਖੋ ਬਾਹਰਲੀ ਏਜੰਸੀ ਸਾਡੀ ਪੰਜਾਬ ਪੁਲਿਸ ਬੜੀ ਸਮਰੱਥ ਆ, ਪਰ ਅਲਰਟ ਦੇ ਬਾਵਜੂਦ ਕਮਿਸ਼ਨਰ ਆਫਿਸ ਦੇ ਵਿੱਚ ਮੈਂ ਫਿਰ ਕਹੂੰਗਾ, ਜਦੋਂ ਤੁਸੀਂ ਪਾਪੂਲੇਸ਼ਨ ਨੂੰ ਸਿਕਿਉਰਿਟੀ ਪਰਸਨ ਦੇ ਨਾਲ ਤਕਸੀਮ ਕਰਕੇ ਦੇਖਦੇ ਹਾਂ ਤਾਂ ਫਿਰ ਇਹ ਨਫ਼ਰੀ ਬੜੀ ਘੱਟ ਹੈ। ਪੰਜਾਬ ਪੁਲਿਸ ਦੇ ਉੱਤੇ ਕੋਈ ਸ਼ੰਕਾ ਨਹੀਂ ਵੀ ਇਹ ਸਮਰੱਥ ਨਹੀਂ ਹੈਗੀ, ਬੜੀ ਇੰਟੈਲੀਜੈਂਟ ਬਲਤਾ ਵਾਲੀ ਫੋਰਸ ਆ, ਪਰ ਨਫ਼ਰੀ ਘੱਟ ਹੋਣ ਕਰਕੇ ਚੋਣਾਂ ਦਾ ਮਾਹੌਲ। ਸੋ ਇਸ ਤਰੀਕੇ ਪੰਜਾਬ ਦੇ ਅੰਦਰ ਇਲੈਕਸ਼ਨ ਕੋਡ ਲੱਗਣਾ ਤੋਂ ਇੱਕ ਪ੍ਰੋਸੀਜਰ ਦੇ ਤਹਿਤ ਹੀ ਜਿਹੜੀ ਆ ਅਰਥ ਸੁਰੱਖਿਆ ਸੈਨਿਕ ਬਲ ਹੈਗੇ ਆ ਉਹ ਡਿਪਲੋਏ ਹੋ ਜਾਣੇ ਆ ਪੰਜਾਬ ਦੇ ਅੰਦਰ। ਪਰ ਅੱਜ ਸਾਨੂੰ ਵੀ ਸਾਰਿਆਂ ਨੂੰ ਇੱਕ ਫੌਜੀ ਬਣਨਾ ਪੈਣਾ, ਸਾਨੂੰ ਵੀ ਸਿਪਾਹੀ ਬਣਨਾ ਪੈਣਾ, ਅਸੀਂ ਵੀ ਆਪਣੇ ਚੁਗਿਰਦੇ ਦੇ ਵਿੱਚ ਵਿਜੀਲੈਂਟ ਹੋ ਕੇ ਕਿਤੇ ਕੋਈ ਗੈਰ ਸਮਾਜੀ ਅੰਸਰ ਇੱਦਾਂ ਦੀ ਕਰਤੂਤ ਤਾਂ ਨਹੀਂ ਕਰ ਰਿਹਾ, ਸਾਨੂੰ ਵੀ ਚੌਕਸੀ। ਮੇਰਾ ਕਲਾਸ ਸਵਾਲ ਹੈ ਜੀ, ਕਿਸਾਨ ਜਥੇਬੰਦੀਆਂ ਚੁਣਾਵ ਲੜਨ ਜਾ ਰਹੀਆਂ, 117 ਸੀਟਾਂ 'ਤੇ ਉਹਨਾਂ ਨੇ ਐਲਾਨ ਕਰਤਾ, ਸੰਯੁਕਤ ਸਮਾਜ ਮੋਰਚਾ ਉਹਨਾਂ ਨੇ ਐਲਾਨ ਕੀਤਾ ਹੋਇਆ ਪਾਰਟੀ ਦਾ ਨਾਮ। ਅਸੀਂ ਵੈਲਕਮ ਕਰਦੇ ਹਾਂ ਲੋਕ ਇਨਸਾਫ਼ ਪਾਰਟੀ ਵੱਲੋਂ, ਅਸੀਂ ਤਾਂ ਡੇ ਵਨ ਤੋਂ ਉਹਨਾਂ ਨੂੰ ਕਹਿੰਦੇ ਆਏ ਹਾਂ ਵੀ ਕਾਸ਼ ਕਿਤੇ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ, ਇਹ ਕ੍ਰਾਈਸਿਸ ਆਫ ਲੀਡਰਸ਼ਿਪ ਇਨ ਪੰਜਾਬ। ਤੁਸੀਂ ਪਿਛਲੇ 30-40 ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਉੱਤੇ ਪੱਕੇ 25-30 ਪਰਿਵਾਰਾਂ ਦਾ ਕਬਜ਼ਾ ਦੇਖੋ, ਪੱਕੇ ਨਾਮ ਹੈਗੇ ਆ। ਇਹ ਕ੍ਰਾਈਸਿਸ ਆਫ ਲੀਡਰਸ਼ਿਪ ਤੋੜਨ ਦੀ ਗੱਲ ਜੇ ਸਭ ਤੋਂ ਪਹਿਲਾਂ ਕੀਤੀ ਆ ਵੀ ਕਿਸਾਨ ਮੋਰਚੇ 'ਚੋਂ ਕੋਈ ਚੰਗੀ ਰਾਜਨੀਤਿਕ ਉਪਜ ਆ ਜਾਵੇ ਤੇ ਉਹ ਲੋਕ ਇਨਸਾਫ਼ ਪਾਰਟੀ ਆ। ਸੋ ਇਸ ਕਰਕੇ ਅਸੀਂ ਵੈਲਕਮ ਕਰਦੇ ਹਾਂ। ਬੀਜੇਪੀ ਨੇ ਪਰ ਵਿਰੋਧ ਕਰਤਾ, ਉਹ ਕਹਿੰਦੇ ਕਿ ਇਹ ਪਹਿਲਾਂ ਹੀ ਆਸ਼ੰਕਾ ਸੀ ਕਿ ਚੁਣਾਵ ਲੜਨਾ ਚਾਹੁੰਦੇ ਸੀ, ਇਸ ਕਰਕੇ ਮੋਰਚੇ ਜਿਹੜੇ ਉਹਨਾਂ ਦੇ ਆਪਣੀ ਸਟੇਟਮੈਂਟ ਹੋ ਸਕਦੀ ਹੈ। ਮੇਰਾ ਉਹਦੇ ਨਾਲ ਕੀ ਸਰੋਕਾਰ, ਮੈਂ ਆਪਣੀ ਪਾਰਟੀ ਦੀ ਤੁਹਾਨੂੰ ਸਟ੍ਰੈਟਜੀ, ਆਪਣੀ ਪਾਰਟੀ ਦੀ ਨੀਤੀ ਤੁਹਾਡੇ ਨਾਲ ਦੱਸ ਸਕਦਾ, ਅਸੀਂ ਵੈਲਕਮ ਕਰਦੇ ਹਾਂ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ 'ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰੋਪਰਟੀ ਝਗੜਾ, ਪਤੀ ਪਤਨੀ ਚਨਪਨ, ਜਾਦ ਉਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।